ਮੈਂ ਦਿੱਲੀ ਜਾ ਇੱਕ ਵੀ ਵਾਰ ਹੁਣੀ ਦਿੱਲੀ ਜਾ ਨਹੀਂ ਹੈ ਉਹ ਕਦੋਂ ਹੈ ਬੱਚਿਆਂ ਦਾ 22 ਦਸੰਬਰ ਦਾ ਵੱਡੇ ਸਾਹਿਬ ਲੈ ਜਾਂਦਾ 28 ਨੂੰ ਛੋਟੇ ਸਾਹਿਬ ਜਾ ਦਿੰਦਾ 28 ਨੂੰ ਛੋਟੇ ਸਾਹਿਬ ਜਾ ਕੇ ਅਸੀਂ ਜਾਵਾਂਗੇ ਉੱਥੇ ਜਾਣਾ ਜੀ ਕੱਲ ਬਾਹਰ ਜਾਣਾ ਕਿਤੇ ਅਨੰਦਪੁਰ ਸਾਹਿਬ ਜਾਣਾ ਸਵੇਰੇ 6 ਵਜੇ ਵਾਪਸੀ ਵਾਪਸੀ ਫਿਰ ਬਾਬਾ ਰਾਮ ਸਿੰਘ ਜੀ ਨੇ ਸੁਸਾਈਡ ਕੀਤਾ ਹੈ ਕਿਸਾਨੀ ਮਸਲਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਬੜੇ ਪਿਆਰੇ ਮਨੁੱਖ ਸਨ ਅਤੇ ਬੜੀ ਦੁੱਖਦਾਈ ਬੜੀ ਹਿਰਦੇ ਵੇਧਕ ਅਤੇ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਸੁਣਨ ਨੂੰ ਮਿਲੀ ਹੈ ਸਰਕਾਰ ਨੂੰ ਇਸ ਘਟਨਾ ਤੋਂ ਸਬਕ ਸਿੱਖਣ ਦੀ ਬਹੁਤ ਵੱਡੀ ਜ਼ਰੂਰਤ ਹੈ ਹਾਲਾਤ ਜਿਹੜੇ ਹੈ ਉਹ ਨਾਜ਼ੁਕ ਹੋਣਗੇ ਜੇ ਸਰਕਾਰ ਨੇ ਕਿਸਾਨਾਂ ਦੀ ਜਿਹੜੀ ਹੈ ਉਹ ਮੰਗ ਵੱਲ ਗੌਰ ਨਾ ਕੀਤੀ ਕਿਉਂਕਿ ਹਰ ਮਨੁੱਖ ਕਿਸਾਨਾਂ ਦੇ ਉੱਤੇ ਹੋ ਰਹੇ ਇਸ ਜ਼ਬਰ ਕਾਰਨ ਬਹੁਤ ਦੁਖੀ ਹੈ ਅਤੇ ਮੈਂ ਇਹੋ ਹੀ ਅਪੀਲ ਕਰਨੀ ਚਾਹੁੰਦਾ ਸਾਰੇ ਨੌਜਵਾਨਾਂ ਨੂੰ ਸਾਰੇ ਕਿਸਾਨ ਆਪਣੇ ਭਰਾਵਾਂ ਨੂੰ ਕਿ ਆਪਾਂ ਸੰਘਰਸ਼ ਦੇ ਦੌਰਾਨ ਸ਼ਾਂਤੀ ਸੰਜਮ ਠਰਮਾ ਭਰਾਤਰੀ ਭਾਵ ਇਹ ਸਾਰਾ ਬਣਾਈ ਰੱਖੀਏ ਕਿਉਂਕਿ ਸੰਘਰਸ਼ ਜਿਹੜੇ ਹੈ ਉਹੀ ਜਿੱਤਦੇ ਨੇ ਜਿਨ੍ਹਾਂ ਦੇ ਵਿੱਚ ਹੌਸਲਾ ਹੁੰਦਾ ਹਿੰਮਤ ਹੁੰਦੀ ਹੈ ਬਹਾਦਰੀ ਹੁੰਦੀ ਹੈ ਸੰਜਮ ਹੁੰਦਾ ਸਿਆਣਪ ਹੁੰਦੀ ਹੈ ਜ਼ਾਬਤਾ ਹੁੰਦਾ ਅਤੇ ਇਸ ਵਕਤ ਕਿਸਾਨ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ ਬੜੀ ਸੂਝ ਬੜੀ ਸੰਜਮ ਬੜੀ ਸਿਆਣਪ ਤੋਂ ਕੰਮ ਲੈ ਰਹੇ ਨੇ ਔਰ ਉਹਨਾਂ ਦੀ ਇਸ ਸੂਝ ਸੰਜਮ ਸਿਆਣਪ ਨੂੰ ਨਮਨ ਹੈ ਭਾਰਤ ਸਰਕਾਰ ਬੜੀ ਜ਼ਿੱਦੀ ਰਵੱਈਆ ਧਾਰਨ ਕਰਨੀ ਬੈਠੀ ਹੈ ਸਰਕਾਰਾਂ ਦਾ ਜ਼ਿੱਦੀ ਰਵੱਈਆ ਜਿਹੜਾ ਹੈ ਉਹ ਲੋਕ ਹਿੱਤ ਵਿੱਚ ਕਦੇ ਵੀ ਨਹੀਂ ਹੁੰਦਾ ਲੋਕਾਂ ਦਾ ਘਾਣ ਕਰਦਾ ਅਤੇ ਜੇ ਭਵਿੱਖ ਦੇ ਵਿੱਚ ਲੋਕਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਹਦੀ ਜ਼ਿੰਮੇਵਾਰ ਜਿਹੜੀ ਹੈ ਉਹ ਭਾਰਤ ਸਰਕਾਰ ਹੋਏਗੀ ਕਿਸਾਨ ਜਿਹੜਾ ਹੈ ਉਹ ਇਸ ਵਕਤ ਬਹੁਤ ਹੀ ਦੁਖੀ ਹਾਲਾਤਾਂ ਦੇ ਵਿੱਚ ਅੱਤ ਸਰਦ ਰਾਤਾਂ ਨੂੰ ਦਿੱਲੀ ਦੀਆਂ ਸੜਕਾਂ ਦੇ ਉੱਤੇ ਰਾਤਾਂ ਕੱਟਣ ਵਾਸਤੇ ਮਜਬੂਰ ਹੋਇਆ ਬੈਠਾ ਮੈਂ ਫਿਰ ਇੱਕ ਵਾਰੀ ਇਹ ਕਹਿਣਾ ਚਾਹੁੰਦਾ ਕਿ ਵੈਸੇ ਅਸੀਂ ਬੜੀ ਸੰਜਮ ਸਿਆਣਪ ਸੂਝ ਦੇ ਨਾਲ ਚੱਲ ਰਹੇ ਹਾਂ ਹੋਰ ਸੰਜਮ ਸੂਝ ਸਮਝ ਠਰਮੇ ਦੀ ਧੀਰਜ ਦੀ ਬਹੁਤ ਵੱਡੀ ਜ਼ਰੂਰਤ ਹੈ ਉਹਨੂੰ ਅਸੀਂ ਬਣਾਈ ਰੱਖਣਾ ਅਕਾਲ ਪੁਰਖ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਣਾ ਵਾਹਿਗੁਰੂ ਸਾਡੇ ਅੰਗ ਸਾਂਗ ਹੋਵੇਗਾ ਅਤੇ ਸਰਕਾਰ ਨੂੰ ਇਹ ਸਾਰੇ ਘਟਨਾਕ੍ਰਮ ਤੋਂ ਬਹੁਤ ਵੱਡਾ ਸਬਕ ਸਿੱਖਣ ਦੀ ਜ਼ਰੂਰਤ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਮੁਲਕ ਦੇ ਅੰਦਰ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਜਿਹੜਾ ਉਹ ਬਣਾਈ ਰੱਖੇ ਅਤੇ ਲੱਗਦਾ ਕਿ ਸਰਕਾਰ ਜਿਹੜਾ ਹੈ ਉਹ ਇਹ ਸਭ ਕੁਝ ਨਹੀਂ ਚਾਹੁੰਦੀ ਸ਼ਾਂਤੀ ਨਹੀਂ ਚਾਹੁੰਦੀ ਸਦਭਾਵਨਾ ਦਾ ਮਾਹੌਲ ਨਹੀਂ ਚਾਹੁੰਦੀ ਜੋ ਅੰਗਰੇਜ਼ਾਂ ਨੇ ਕੀਤਾ ਭਰਾ ਨੂੰ ਭਰਾ ਨਾਲ ਲੜਾ ਕੇ ਉਹੀ ਕਦਮ ਸਰਕਾਰ ਜਿਹੜਾ ਹੈ ਉਹ ਹੁਣ ਪੁੱਟਣ ਦਾ ਯਤਨ ਕਰਦੀ ਨਜ਼ਰ ਪੈ ਰਹੀ ਹੈ ਭਾਰਤ ਸਰਕਾਰ ਜਿਹੜੀ ਹੈ ਉਹ ਆਪਣੀ ਜ਼ਿੱਦ ਤਿਆਗੇ ਅਤੇ ਤਿੰਨੋਂ ਆਰਡੀਨੈਂਸ ਜਿਹੜੇ ਹੈ ਉਹਨਾਂ ਨੂੰ ਰੱਦ ਕਰਕੇ ਅਤੇ ਕਿਸਾਨਾਂ ਨੂੰ ਜਿਹੜਾ ਹੈ ਉਹ ਸ਼ਾਂਤ ਤਰੀਕੇ ਦੇ ਨਾਲ ਆਪਣੇ ਘਰਾਂ ਨੂੰ ਪਰਤਣ ਦਾ ਜਿਹੜਾ ਹੈ ਉਹ ਮੌਕਾ ਦੇਵੇ ਕਿਸਾਨ ਆਪਣੇ ਘਰਾਂ ਨੂੰ ਵੀ ਪਰਤਣਾ ਚਾਹੁੰਦੇ ਨੇ ਅਤੇ ਸਰਕਾਰ ਜਲਦ ਤੋਂ ਜਲਦ ਤਿੰਨੇ ਆਰਡੀਨੈਂਸ ਰੱਦ ਕਰਕੇ ਕਿਸਾਨਾਂ ਨੂੰ ਇਹ ਮੌਕਾ ਮੁਹੱਈਆ ਕਰਵਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਐਤਕੀ ਚੱਲਾਂਗੇ ਆਪਾਂ 22 ਜਾਂ 28 ਨੂੰ ਇੱਕ ਵਾਰ ਦਿੱਲੀ ਜਾ ਇੱਕ ਵੀ ਵਾਰ ਹੁਣੀ ਦਿੱਲੀ ਜਾ ਨਹੀਂ ਹੈ ਉਹ ਕਦੋਂ ਹੈ ਬੱਚਿਆਂ ਦਾ 22 ਦਸੰਬਰ ਦਾ ਵੱਡੇ ਸਾਹਿਬ ਲੈ ਜਾਂਦਾ 28 ਨੂੰ ਛੋਟੇ ਸਾਹਿਬ ਜਾ ਦਿੰਦਾ 28 ਨੂੰ ਛੋਟੇ ਸਾਹਿਬ ਜਾ ਕੇ ਅਸੀਂ ਜਾਵਾਂਗੇ ਉੱਥੇ ਜਾਣਾ ਜੀ ਕੱਲ੍ਹ ਬਾਹਰ ਜਾਣਾ ਕਿਤੇ ਅਨੰਦਪੁਰ ਸਾਹਿਬ ਜਾਣਾ ਸਵੇਰੇ 6 ਵਜੇ ਵਾਪਸੀ ਵਾਪਸੀ ਫਿਰ ਬਾਬਾ ਰਾਮ ਸਿੰਘ ਜੀ ਨੇ ਸੁਸਾਈਡ ਕੀਤਾ ਹੈ ਕਿਸਾਨੀ ਮਸਲਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਬੜੇ ਪਿਆਰੇ ਮਨੁੱਖ ਸਨ ਅਤੇ ਬੜੀ ਦੁੱਖਦਾਈ ਬੜੀ ਹਿਰਦੇ ਵੇਧਕ ਅਤੇ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਸੁਣਨ ਨੂੰ ਮਿਲੀ ਹੈ ਸਰਕਾਰ ਨੂੰ ਇਸ ਘਟਨਾ ਤੋਂ ਸਬਕ ਸਿੱਖਣ ਦੀ ਬਹੁਤ ਵੱਡੀ ਜ਼ਰੂਰਤ ਹੈ ਹਾਲਾਤ ਜਿਹੜੇ ਹੈ ਉਹ ਨਾਜ਼ੁਕ ਹੋਣਗੇ ਜੇ ਸਰਕਾਰ ਨੇ ਕਿਸਾਨਾਂ ਦੀ ਜਿਹੜੀ ਹੈ ਉਹ ਮੰਗ ਵੱਲ ਗੌਰ ਨਾ ਕੀਤੀ ਕਿਉਂਕਿ ਹਰ ਮਨੁੱਖ ਕਿਸਾਨਾਂ ਦੇ ਉੱਤੇ ਹੋ ਰਹੇ ਇਸ ਜ਼ਬਰ ਕਾਰਨ ਬਹੁਤ ਦੁਖੀ ਹੈ ਅਤੇ ਮੈਂ ਇਹੋ ਹੀ ਅਪੀਲ ਕਰਨੀ ਚਾਹੁੰਦਾ ਸਾਰੇ ਨੌਜਵਾਨਾਂ ਨੂੰ ਸਾਰੇ ਕਿਸਾਨ ਆਪਣੇ ਭਰਾਵਾਂ ਨੂੰ ਕਿ ਆਪਾਂ ਸੰਘਰਸ਼ ਦੇ ਦੌਰਾਨ ਸ਼ਾਂਤੀ ਸੰਜਮ ਠਰਮਾ ਭਰਾਤਰੀ ਭਾਵ ਇਹ ਸਾਰਾ ਬਣਾਈ ਰੱਖੀਏ ਕਿਉਂਕਿ ਸੰਘਰਸ਼ ਜਿਹੜੇ ਹੈ ਉਹੀ ਜਿੱਤਦੇ ਨੇ ਜਿਨ੍ਹਾਂ ਦੇ ਵਿੱਚ ਹੌਸਲਾ ਹੁੰਦਾ ਹਿੰਮਤ ਹੁੰਦੀ ਹੈ ਬਹਾਦਰੀ ਹੁੰਦੀ ਹੈ ਸੰਜਮ ਹੁੰਦਾ ਸਿਆਣਪ ਹੁੰਦੀ ਹੈ ਜ਼ਾਬਤਾ ਹੁੰਦਾ ਅਤੇ ਇਸ ਵਕਤ ਕਿਸਾਨ ਜਿਹੜੇ ਦਿੱਲੀ ਦੇ
ਵਿੱਚ ਬੈਠੇ ਨੇ, ਬੜੀ ਸੂਝ, ਬੜੀ ਸੰਜਮ, ਬੜੀ ਸਿਆਣਪ ਤੋਂ ਕੰਮ ਲੈ ਰਹੇ ਨੇ ਔਰ ਉਹਨਾਂ ਦੀ ਇਸ ਸੂਝ ਸੰਜਮ ਸਿਆਣਪ ਨੂੰ ਨਮਨ ਹੈ। ਭਾਰਤ ਸਰਕਾਰ ਬੜੀ ਜ਼ਿੱਦੀ ਰਵੱਈਆ ਧਾਰਨ ਕਰਨੀ ਬੈਠੀ ਹੈ। ਸਰਕਾਰਾਂ ਦਾ ਜ਼ਿੱਦੀ ਰਵੱਈਆ ਜਿਹੜਾ ਹੈ ਉਹ ਲੋਕ ਹਿੱਤ ਵਿੱਚ ਕਦੇ ਵੀ ਨਹੀਂ ਹੁੰਦਾ, ਲੋਕਾਂ ਦਾ ਘਾਣ ਕਰਦਾ ਅਤੇ ਜੇ ਭਵਿੱਖ ਦੇ ਵਿੱਚ ਲੋਕਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਹਦੀ ਜ਼ਿੰਮੇਵਾਰ ਜਿਹੜੀ ਹੈ ਉਹ ਭਾਰਤ ਸਰਕਾਰ ਹੋਏਗੀ। ਕਿਸਾਨ ਜਿਹੜਾ ਹੈ ਉਹ ਇਸ ਵਕਤ ਬਹੁਤ ਹੀ ਦੁਖੀ ਹਾਲਾਤਾਂ ਦੇ ਵਿੱਚ ਅੱਤ ਸਰਦ ਰਾਤਾਂ ਨੂੰ ਦਿੱਲੀ ਦੀਆਂ ਸੜਕਾਂ ਦੇ ਉੱਤੇ ਰਾਤਾਂ ਕੱਟਣ ਵਾਸਤੇ ਮਜਬੂਰ ਹੋਇਆ ਬੈਠਾ। ਮੈਂ ਫਿਰ ਇੱਕ ਵਾਰੀ ਇਹ ਕਹਿਣਾ ਚਾਹੁੰਦਾ ਕਿ ਵੈਸੇ ਅਸੀਂ ਬੜੀ ਸੰਜਮ ਸਿਆਣਪ ਸੂਝ ਦੇ ਨਾਲ ਚੱਲ ਰਹੇ ਹਾਂ, ਹੋਰ ਸੰਜਮ ਸੂਝ ਸਮਝ ਠਰਮੇ ਦੀ ਧੀਰਜ ਦੀ ਬਹੁਤ ਵੱਡੀ ਜ਼ਰੂਰਤ ਹੈ, ਉਹਨੂੰ ਅਸੀਂ ਬਣਾਈ ਰੱਖਣਾ। ਅਕਾਲ ਪੁਰਖ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਣਾ, ਵਾਹਿਗੁਰੂ ਸਾਡੇ ਅੰਗ ਸੰਗ ਹੋਵੇਗਾ। ਅਤੇ ਸਰਕਾਰ ਨੂੰ ਇਹ ਸਾਰੇ ਘਟਨਾਕ੍ਰਮ ਤੋਂ ਬਹੁਤ ਵੱਡਾ ਸਬਕ ਸਿੱਖਣ ਦੀ ਜ਼ਰੂਰਤ ਹੈ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਮੁਲਕ ਦੇ ਅੰਦਰ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਜਿਹੜਾ ਉਹ ਬਣਾਈ ਰੱਖੇ। ਅਤੇ ਲੱਗਦਾ ਕਿ ਸਰਕਾਰ ਜਿਹੜਾ ਹੈ ਉਹ ਇਹ ਸਭ ਕੁਝ ਨਹੀਂ ਚਾਹੁੰਦੀ, ਸ਼ਾਂਤੀ ਨਹੀਂ ਚਾਹੁੰਦੀ, ਸਦਭਾਵਨਾ ਦਾ ਮਾਹੌਲ ਨਹੀਂ ਚਾਹੁੰਦੀ। ਜੋ ਅੰਗਰੇਜ਼ਾਂ ਨੇ ਕੀਤਾ ਭਰਾ ਨੂੰ ਭਰਾ ਨਾਲ ਲੜਾ ਕੇ, ਉਹੀ ਕਦਮ ਸਰਕਾਰ ਜਿਹੜਾ ਹੈ ਉਹ ਹੁਣ ਪੁੱਟਣ ਦਾ ਯਤਨ ਕਰਦੀ ਨਜ਼ਰ ਪੈ ਰਹੀ ਹੈ। ਭਾਰਤ ਸਰਕਾਰ ਜਿਹੜੀ ਹੈ ਉਹ ਆਪਣੀ ਜ਼ਿੱਦ ਤੇ ਆ ਗਏ ਅਤੇ ਤਿੰਨੋਂ ਆਰਡੀਨੈਂਸ ਜਿਹੜੇ ਹੈ ਉਹਨਾਂ ਨੂੰ ਰੱਦ ਕਰਕੇ ਅਤੇ ਕਿਸਾਨਾਂ ਨੂੰ ਜਿਹੜਾ ਹੈ ਉਹ ਸ਼ਾਂਤ ਤਰੀਕੇ ਦੇ ਨਾਲ ਆਪਣੇ ਘਰਾਂ ਨੂੰ ਪਰਤਣ ਦਾ ਜਿਹੜਾ ਹੈ ਉਹ ਮੌਕਾ ਦੇਵੇ। ਕਿਸਾਨ ਆਪਣੇ ਘਰਾਂ ਨੂੰ ਵੀ ਪਰਤਣਾ ਚਾਹੁੰਦੇ ਨੇ ਅਤੇ ਸਰਕਾਰ ਜਲਦ ਤੋਂ ਜਲਦ ਤਿੰਨੇ ਆਰਡੀਨੈਂਸ ਰੱਦ ਕਰਕੇ ਕਿਸਾਨਾਂ ਨੂੰ ਇਹ ਮੌਕਾ ਮੁਹੱਈਆ ਕਰਵਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜਾ ਇੱਕ ਵਾਰ ਹੋਈ।